मैं जाखड़ साहब नूं पुछना चाहुंदा गा कि मौड़ दे बम ब्लास्ट दी जांच क्यों नहीं हुई 2015 जिन्हां लोगों ने बेअदबी की थी तुसीं क्यों नहीं फड़े हुण तक तुसीं हुण तक उत्थे रासियां रोटियां सेकी जांदे हो जदों पंजाब दी अपनी पंचायतां दी इलैक्शन आई सी तुसीं एक दिन पहलां जस रणजीत सिंह कमीशन दी रिपोर्ट पंजाब दी विधानसभा च रख के कहा सीगा कि असीं सिट दा गठन करता बड़ी जल्दी फड़े जाणगे ओह 2018 दी गल आ 2018 तों लैके 2021 आ गया क्यों नहीं फड़े गया सरकार जाखड़ साहब की पार्टी कांग्रेस पार्टी की सी सो सारा कुछ सिर्फ तो सिर्फ पोलीटिकल रोटियां सेकण तक सीमित रह गया और पंजाब के लोगों के हिरदे बलूंदरे पे ने गे ये लोग अपन वोटा लभद ने उन्होंने पिछों लड़ी दे विच सारियां घटनावां हो रही आ सेम फार्मूला वरत्या जा रहा जिहड़ा चीमा साहब ने दस्सिया आ कि यह सारा कुछ ये पिछे सियासत है सौड़े हित ने लोगों च वंडियां पा के जिहड़ी कहिंदे सीगे असीं PhD की हुई आ पॉलिटिक्स विच उधर अहीं वोटां लैण दा साधन है सेम मकसद ही उदों सीगा सेम मकसद ही होणा है श्रोमणी अकाली दल की सरकार ही उदों सीगी जदों 2015 दे विच भी हुई आ उदों भी श्रोमणी अकाली दल भाजपा गठजोड़ की सरकार सीगी हुण भी जिहड़े ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਤੇ ਸੇਮ ਫਾਰਮੂਲੇ ਤੇ ਸਾਰੀਆਂ ਹੋ ਰਹੀਆਂ ਇਸ ਕਰਕੇ ਉਹਦੇ ਨਾਲ ਕੜੀ ਜੁੜਦੀ ਆ ਡਾਇਰੈਕਟ ਕਰਕੇ ਅਸੀਂ ਗੱਲ ਕੀਤੀ ਨੂੰ ਸਿਆਸੀ ਚ ਵੀ ਇਹੀ ਡਿਜ਼ਾਈਨ ਸੀ ਜਿਸ ਤਰ੍ਹਾਂ ਸੰਗੜੇ ਸਾਹਿਬ ਨੇ ਕਿਹਾ ਉਹ ਹੁਣ ਵੀ ਉਹੀ ਡਿਜ਼ਾਈਨ ਆ ਉਸੇ ਤਰ੍ਹਾਂ ਲੋਕ ਪ੍ਰੋਟੈਸਟ ਕਰ ਰਹੇ ਨੇ ਗੋਲੀਆਂ ਮਾਰ ਦਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਦਿਓ ਹਿੰਦੂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਾ ਦਿਓ ਮੁਸਲਮਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਾ ਦਿਓ ਇਹ ਪੰਜਾਬ 'ਚ ਹੀ ਕਿਉਂ ਹੁੰਦਾ ਗਾ ਕਿਉਂਕਿ ਪੰਜਾਬ ਦੇ ਅਮਨ ਚੈਨ ਨੂੰ ਤੋੜਨ ਦਾ ਯਤਨ ਕਰਦੇ ਨੇਗੇ ਪੰਜਾਬ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਯਤਨ ਜਿਹੜੀ ਆ ਉਹ ਸਰਕਾਰਾਂ ਕਰਦੀਆਂ ਨੇਗੀਆਂ ਔਰ ਪੰਜਾਬ ਨੂੰ ਜਿਹੜਾ ਬਰਬਾਦ ਕਰਨਾ ਚਾਹੁੰਦੀਆਂ ਨੇ ਇਹੀ ਕਾਰਨ ਆ ਕਿਉਂਕਿ 5 ਸਾਲ ਕੋਈ ਕੰਮ ਨਹੀਂ ਕਰਦੀਆਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਦੇ ਮੁਤਾਬਕ 5 ਸਾਲ ਕੋਈ ਕੰਮ ਨਹੀਂ ਕੀਤਾ 5 ਸਾਲ ਕੋਈ ਕੰਮ ਨਹੀਂ ਕੀਤਾ ਹੁਣ ਲੋਕਾਂ 'ਚ ਵੋਟਾਂ ਲੈਣ ਲਈ ਕਿਵੇਂ ਜਾਣ ਲੋਕਾਂ ਕੋਲ ਕਿਵੇਂ ਜਾਣ ਉਸ ਤਰ੍ਹਾਂ ਦੇ ਲਈ ਲੋਕਾਂ ਨੂੰ ਪਾੜੋ ਪਾੜ ਕੇ ਰਾਜ ਕਰੋ ਨੀਤੀ ਅੱਜ ਵੀ ਚੱਲ ਰਹੀ ਹੈ ਦੇਖੋ 2018 ਦੇ ਵਿੱਚ STF ਨੇ ਰਿਪੋਰਟ ਜਿਹੜੀ ਸੀਗੀ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਸੀ ਜਿਹੜੇ ਅਫਸਰਾਂ ਨੇ STF ਦੀ ਰਿਪੋਰਟ ਬਣਾਈ ਸੀ ਉਹ ਪੰਜਾਬ ਸਰਕਾਰ 'ਚ ਉਦੋਂ ਤੋਂ ਲੈ ਕੇ ਹੁਣ ਤੱਕ ਕੰਮ ਕਰ ਰਹੇ ਨੇਗੇ ਔਰ ਮਾਨਯੋਗ ਹਾਈ ਕੋਰਟ ਵੱਲੋਂ ਕੋਈ ਵੀ ਸਟੇ ਕਿਸੇ ਵੀ ਕਿਸਮ ਦੀ ਸਟੇ ਜਿਹੜੀ ਆ ਉਹ ਉਸ ਰਿਪੋਰਟ ਦੇ ਉੱਪਰ ਨਹੀਂ ਸੀ ਕਿ ਤੁਸੀਂ ਇਨਵੈਸਟੀਗੇਸ਼ਨ ਕਰ ਸਕਦੇ ਹੋ ਇਨਕੁਆਇਰੀ ਕਰ ਸਕਦੇ ਹੋ ਜਾਂ ਨਹੀਂ ਕਰਦੀ ਕਰ ਸਕਦੇ ਕੋਈ ਵੀ ਸਟੇ ਕਿਸੇ ਵੀ ਕਿਸਮ ਦੀ ਸਟੇ ਜਿਹੜੀ ਆ ਉਸ ਰਿਪੋਰਟ ਦੇ ਉੱਪਰ ਨਹੀਂ ਸੀ ਸਰਕਾਰ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਲਗਾਤਾਰ ਮੈਂ ਸਮਝਦਾ ਦੋਸ਼ੀਆਂ ਨੂੰ ਪੌਣੇ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਕਿ ਦੋਸ਼ੀਆਂ ਨੂੰ ਲਗਾਤਾਰ ਪੰਜਾਬ ਸਰਕਾਰ ਬਚਾਉਂਦੀ ਰਹੀ ਤਾਂ ਕਿ ਦੋਸ਼ੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਤਾਂ ਪਤਾ ਸੀ ਕਿ ਅਸੀਂ ਦੋਸ਼ ਕੀਤਾ ਹੋਇਆ ਉਹ ਦੋਸ਼ੀ ਲਗਾਤਾਰ ਸਬੂਤ ਮਟਾਉਂਦੇ ਰਹੇ ਉਹ ਲਗਾਤਾਰ ਐਵੀਡੈਂਸ ਨਸ਼ਟ ਕਰਦੇ ਰਹੇ ਐਵੀਡੈਂਸ ਨੂੰ ਡਿਸਟਰੋਏ ਕਰਦੇ ਰਹੇ ਤਾਂ ਕਿ ਜਦੋਂ ਮਾਮਲਾ ਅਦਾਲਤ ਦੇ ਵਿੱਚ ਜਾਊਗਾ ਅਦਾਲਤ ਵਿੱਚ ਪਾਕ ਸਾਫ਼ ਪਵਿੱਤਰ ਜਿਹੜਾ ਬਰੀ ਹੋ ਜਾਈਏ ਉਹ ਬਰੀ ਹੋਣ ਦੇ ਲਈ ਇਨਫ ਟਾਈਮ ਸਫੀਸ਼ੈਂਟ ਟਾਈਮ ਜਿਹੜਾ ਹੈਗਾ ਉਹ ਦੋਸ਼ੀਆਂ ਨੂੰ ਸਰਕਾਰ ਨੇ ਪੰਜਾਬ ਸਰਕਾਰ ਨੇ ਗ੍ਰਾਂਟ ਕੀਤਾ ਨਹੀਂ ਜਦੋਂ ਜਾਂਚ ਹੋ ਗਈ ਸੀ ਜਦੋਂ ਪਤਾ ਲੱਗ ਗਿਆ ਸੀ ਕਿ ਫਲਾਣਾ ਵਿਅਕਤੀ ਦੋਸ਼ੀ ਆ ਫਲਾਣੇ ਵਿਅਕਤੀ ਦਾ ਲਿੰਕ ਜਿਹੜਾ ਜੁੜਦਾ ਗਾ ਫਿਰ ਉਸ ਸਮੇਂ ਸਰਕਾਰ ਨੇ FIR ਕਿਉਂ ਨਹੀਂ ਦਰਜ ਕੀਤੀ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ ਕਿਉਂ ਨਹੀਂ ਚਾਰਜਸ਼ੀਟ ਜਿਹੜੀ ਆ 90 ਦਿਨਾਂ 'ਚ ਪੇਸ਼ ਕੀਤੀ ਕਿਉਂ ਨਹੀਂ ਸਪੈਸ਼ਲ ਕੋਰਟ ਦਾ ਗਠਨ ਕਰਕੇ ਦੋਸ਼ੀਆਂ ਨੂੰ ਜੇਲ੍ਹ 'ਚ ਭੇਜਿਆ ਔਰ ਦੋਸ਼ੀਆਂ ਨੂੰ ਸਜ਼ਾ ਦਵਾਈ ਜਦਕਿ ਆਮ ਕੇਸਾਂ ਦੇ ਵਿੱਚ ਜਿਹੜਾ NDPS ਐਕਟ ਦਾ ਕੇਸ ਆ ਉਹਦੇ ਵਿੱਚ 60 ਦਿਨਾਂ ਚਲਾਣ ਪੇਸ਼ ਕਰਨਾ ਹੁੰਦਾ ਗਾ ਔਰ ਲਗਭਗ 1 ਸਾਲ ਦੇ ਵਿੱਚ ਟ੍ਰਾਇਲ ਕਰਨਾ ਹੁੰਦਾ ਗਾ ਔਰ ਜਿੰਨੇ ਪੰਜਾਬ ਦੇ ਕੇਸ ਨੇ NDPS ਐਕਟ ਦੇ 90-95% ਕੇਸਾਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਫੈਸਲਾ ਹੋ ਜਾਂਦਾ ਗਾ ਇਹਦਾ ਸਰਕਾਰ ਨੇ 3.5 ਸਾਲ ਇਨਵੈਸਟੀਗੇਸ਼ਨ ਨਹੀਂ ਕੀਤੀ ਇਟ ਮੀਨਸ ਕੀ ਆ ਇਹਦਾ ਮਤਲਬ ਆ ਕਿ ਸਰਕਾਰ ਜਿਹੜੀ ਆ ਉਹ ਦੋਸ਼ੀਆਂ ਨਾਲ ਮਿਲੀ ਹੋਈ ਸੀ ਦੋਸ਼ੀਆਂ ਨੂੰ ਬਚਾ ਰਹੀ ਹੈ ਹੁਣ ਸਿਰਫ ਇੱਕ ਚੋਣ ਸਟੰਟ ਕੀਤਾ ਜਾ ਰਿਹਾ ਵੋਟਾਂ ਲੈਣ ਲਈ ਸਟੰਟ ਕੀਤਾ ਜਾ ਰਿਹਾ ਗਾ ਹੁਣ ਕਦੇ ਲੁੱਕਆਊਟ ਨੋਟਸ ਜਾਰੀ ਕਰ ਦੇਣਗੇ ਸਾਰਾ ਕੁਛ ਚੰਨੀ ਸਾਹਿਬ ਨੂੰ ਪਤਾ ਗਾ ਚੰਨੀ ਸਾਹਿਬ ਨਾਲ ਡੀਲ ਹੋਈ ਹੋਈ ਆ ਸੋ ਉਸ ਡੀਲ ਦੇ ਤਹਿਤ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣ ਦਾ ਯਤਨ ਜਿਹੜਾ ਕਾਂਗਰਸ ਪਾਰਟੀ ਦੀ ਸਰਕਾਰ ਕਰ ਰਹੀ ਹੈ ਸਾਡੀ ਮੰਗ ਆ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਮੰਗ ਆ ਕਿ ਦੋਸ਼ੀਆਂ ਦੇ ਖਿਲਾਫ਼ 15 ਦਿਨਾਂ ਦੇ ਵਿੱਚ ਚਲਾਣ ਪੇਸ਼ ਹੋਣਾ ਚਾਹੀਦਾ ਔਰ ਸਪੈਸ਼ਲ ਜਿਹੜੀ ਇੱਕ ਕੋਰਟ ਦਾ ਗਠਨ ਹੋ ਕੇ ਸਪੈਸ਼ਲ ਕੋਰਟ ਦਾ ਗਠਨ ਹੋ ਕੇ ਉਸ ਕੋਰਟ ਦੇ ਵਿੱਚ 3 ਮਹੀਨੇ 'ਚ ਫੈਸਲਾ ਹੋਣਾ ਚਾਹੀਦਾ ਨਹੀਂ ਮੈਂ ਸਮਝਦਾ ਜਿਵੇਂ ਸਾਰੇ ਪੁਰਾਣੇ ਕੇਸ ਨੇ ਚਾਹੇ ਇੰਪਰੂਵਮੈਂਟ ਟਰੱਸਟ ਦਾ ਕੇਸ ਲਾ ਲਓ
चाहे सिटी स्कैम का केस ला लो या जेडे करप्शन के केस बादल परिवार से हुए थे उन्होंने सारे केसों की जो गल कर लिए सारे केस फैग एंड के उत्ते जिस समय इलैक्शन होंगी होंगी सी उस समय बनते होंगे सी जो अगली इलैक्शन होंगी सी उदो कैंसल हो जाते थे सो सिर्फ तो सिर्फ वोटों की राजनीति हो रही है और पंजाब जिन्हां मामा के पुत मर गए जिन्हां भैणां के भरा मर गए नशे के कारण मैं समझना उन्होंने हजे इंसाफ लिए होर उड़ीक करनी पैनी है 2022 च पंजाब च आम आदमी पार्टी सरकार बनाऊगी उदो नशे दोषियों को सख्त तो सख्त सजावां देवांगे। देखो नवजोत सिंह सिद्धू का हाल आ वक्तों खुंजी डूमणी गावे आल पताल पिछले पंद्रह साल तो सरदार नवजोत सिंह सिद्धू सरकार मैं नवजोत सिंह सिद्धू नूं पुछना चाहुंदा गा तू जफियां पाउंदा हुंदा सी विक्रम मजीठिए दे नाल तेरी धर्म पत्नी अकाली दल नाल 10 साल सत्ता च रही आ 5 साल तू कैप्टन साहब ने सत्ता च रहा गा तू 15 साल चुप रहा 15 साल तू अपना मूँह तेरे मूँह ते रहेगा मूँह चुप रहा तू क्यों नहीं बोलिया पंजाब दे लोकां दे लई हुण इलैक्शन आ गई तू कदे केजरीवाल साहब दे खिलाफ बोलना गा कदे कुछ 15 सालां च जदों पंजाब बर्बाद हो रहा सी जदों पंजाब नूं लुट्टिया जा रहा सी जदों पंजाब नूं बर्बाद किया जा रहा सी जदों मामा दे पुत मर रहे सी भैणां दे भरा मर रहे सी जदों पंजाब विच ड्रग माफिया पैदा किया जा रहा सी जदों पंजाब विच रेत माफिया पैदा किया जा रहा सी जदों पंजाब विच बिजली माफिया पैदा किया जा रहा सीगा जदों पंजाब विच ट्रांसपोर्ट माफिया पैदा किया जा रहा सीगा उस समय सरदार नवजोत सिंह सिद्धू चुप शांत बैठे सी हिस्सा बना रहे सीगे ये 75-25 आम आदमी पार्टी दिल चुकदा यह 75-25 नवजोत सिंह सिद्धू चुकदा गा कि 75-25 दे विच खुद हिस्सेदार सी उहदी धर्मपत्नी हिस्सेदार सी उहदा परिवार हिस्सेदार सीगा हुण उन्हां नूं 15 सालां बाद पंजाब याद आ गया सत्ता कीदी आ पंजाब विच राज कौन करदा पंजाब विच नवजोत सिंह सिद्धू दा परिवार अज उहनूं जदों इलैक्शन आ गई हुण उहनूं पंजाब नाल हेज जाग पिया सो मैं समझदा नवजोत सिंह सिद्धू जी ड्रामे छड्डो ड्रामे बंद करो पंजाब दे लोकां नूं दसो कि 15 साल तुसीं पंजाब दी सरकारां च रहि के ਪੰਜਾਬ ਦੇ ਨਾਲ ਧੋਖਾ ਕਿਵੇਂ ਕਮਾਇਆ ਦੇਖੋ ਪਹਿਲਾਂ ਅਤੁਲ ਲੰਦਾ ਜੀ ਪੰਜਾਬ ਦੇ ਐਡਵੋਕੇਟ ਜਨਰਲ ਸੀ ਕੈਪਟਨ ਸਾਹਿਬ ਨੇ ਅਤੁਲ ਲੰਦਾ ਜੀ ਨੂੰ ਇਹ ਜੀ ਲਾਇਆ ਹੋਇਆ ਸੀਗਾ ਲਗਾਤਾਰ ਸਾਰੇ ਕੇਸ ਜਿੰਨੇ ਤੁਸੀਂ ਕੇਸ ਗਿਣਾਏ ਨੇ ਸਾਰੇ ਕੇਸ ਬਿਲਕੁਲ ਟੋਟਲੀ 100% ਲੂਜ਼ ਜਿਹੜੇ ਨੇ ਪੰਜਾਬ ਸਰਕਾਰ ਨੇ ਕੀਤੇ ਨੇ ਹੁਣ ਦੁਬਾਰੇ ਉਸ ਤੋਂ ਬਾਅਦ ਇੱਕ ਹੋਰ ਐਡਵੋਕੇਟ ਜਨਰਲ ਲਾਇਆ ਗਿਆ ਉਹਨਾਂ ਨੂੰ ਹਟਾ ਦਿੱਤਾ ਗਿਆ ਹੁਣ ਤੀਜਾ ਐਡਵੋਕੇਟ ਜਨਰਲ ਆ ਗਿਆ 70 ਦਿਨਾਂ ਦੇ ਵਿੱਚ 2 ਐਡਵੋਕੇਟ ਜਨਰਲ ਲੱਗ ਗਏ ਕੀ ਫਾਈਲਾਂ ਪੜਨਗੇ ਕੀ ਆਰਗੂ ਕਰਨਗੇ ਕੀ ਉਹਨਾਂ ਕੋਲ ਸਮਾਂ ਗਾ ਇਹ ਤਾਂ ਸਭ ਕੁਝ ਹੋ ਰਿਹਾ ਕਿਉਂਕਿ ਇੱਕ ਦੂਜੇ ਨੂੰ ਬਚਾਉਣ ਦੀ ਕਵਾਇਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਕਿ ਅਸੀਂ ਤੁਹਾਨੂੰ ਬਚਾਵਾਂਗੇ ਤੁਸੀਂ ਸਾਨੂੰ ਬਚਾਇਓ ਉਸੇ ਤਰ੍ਹਾਂ ਦੀ ਕਵਾਇਤ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਚੰਨੀ ਸਾਹਿਬ ਜਿਹੜਾ ਹੈਗਾ ਅਕਾਲੀ ਦਲ ਨਾਲ ਮਿਲ ਕੇ ਰਚ ਰਹੇ ਨੇ ਤੁਸੀਂ ਦੇਖ ਲੈਣਾ ਇਹ ਸਾਰੇ ਕੇਸਾਂ ਦਾ ਰਿਜ਼ਲਟ ਜਿਹੜਾ ਉਹ 0 ਆਊਗਾ ਪੰਜਾਬ ਦੇ ਲੋਕਾਂ ਨੂੰ ਨਹੀਂ ਇਨਸਾਫ ਮਿਲਣਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ